वेलकम स्टूडेंट्स, आज दा जेड़ा अपना टॉपिक है वो है को करिकुलर एक्टिविटीज़ पार्ट सहायक क्रियावां। आज दी इस वीडियो दे विच असी सिर्फ इहदा जेड़ा कॉन्सेप्ट है विद डेफिनेशनस उही क्लीयर करांगे, क्योंकि जो वीडियो लंबी हो जाती है फिर इंट्रस्ट नहीं बनता, तो असी जेड़े छोटे छोटे टॉपिक ने सिर्फ एक एक वीडियो दे विच ही क्लीयर करांगे। सब तो पहले जेकर असी नॉर्मली गल करिए कि जिहड़ियां पार्ट सहायक क्रियावां ने की हुंदियां ने, पढ़न दे नाल नाल जिहड़ा सबजैक्ट दे किसी दा भी करिकुलम डिसाइड किया गया हुंदा है किसी भी बोर्ड दे वल्लों, उहदे नाल नाल जिहड़े होर एक्सट्रा एक्टिविटीज़ कोई भी प्रोग्राम करवाए जांदे ने उन्हां नूं कहा जांदा है को करिकुलर एक्टिविटीज़। इह सभ्याचारक भी हो सकदे ने, खेडां दे मुकाबले हो गए, साहित्य दे नाल संबंधित हो सकते हैं, स्काउटिंग एंड गाइडिंग हो गया, सैर सपाटे, किसी भी तरह के कोई भी कंपीटिशन, यह सारे ने को करिकुलर एक्टिविटीज़। जिवें कि असीं पुराने टाइम की जेकर गल करिए तां उदों सिर्फ पढ़ाउण वाले ही जोर दिता जांदा सी, जिहड़ी को करिकुलर एक्टिविटीज़ ने इन्हां दा कोई स्थान नहीं सी। बट जिहड़ा मॉडर्न टाइम है ਇਹਦੇ ਵਿੱਚ ਬੱਚੇ ਦੀ ਜਿਹੜੀ ਆਲਰਾਊਂਡ ਡਿਵੈਲਪਮੈਂਟ ਹੈ ਉਹਦੇ ਵੱਲ ਧਿਆਨ ਦਿੱਤਾ ਜਾਂਦਾ ਹੈ, ਅਤੇ ਇਹਦੇ ਲਈ ਹੀ ਜਿਹੜੀਆਂ ਕੋ ਕਰਿਕੁਲਰ ਐਕਟੀਵਿਟੀਜ਼ ਨੇ ਉਹ ਬੱਚੇ ਨੂੰ ਕਰਵਾਉਣੀਆਂ ਜ਼ਰੂਰੀ ਨੇ। ਔਰ ਇਹ ਤੁਸੀਂ ਕਹਿ ਲਓ ਵੀ ਐਜੂਕੇਸ਼ਨ ਦਾ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪਾਰਟ ਹੈ, ਸਿਲੇਬਸ ਦੇ ਨਾਲ ਨਾਲ ਇਹ ਚੀਜ਼ਾਂ ਬਹੁਤ ਜ਼ਰੂਰੀ ਹੋ ਚੁੱਕੀਆਂ ਨੇ। ਜੇਕਰ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਬੱਚਾ ਹੈ ਉਹਦੀ ਆਲਰਾਊਂਡ ਡਿਵੈਲਪਮੈਂਟ ਹੋਵੇ ਤਾਂ ਜਿਹੜੀਆਂ ਕੋ ਕਰਿਕੁਲਰ ਐਕਟੀਵਿਟੀਜ਼ ਨੇ ਉਹਨਾਂ ਦੇ ਵਿੱਚ ਬੱਚਿਆਂ ਨੂੰ ਪਾਰਟੀਸਪੇਟ ਕਰਨ ਦੇ ਲਈ ਮੋਟੀਵੇਟ ਵੀ ਕਰਨਾ ਹੈ। ਮੋਟੀਵੇਟ ਕੌਣ ਕਰੇਗਾ? ਟੀਚਰ। ਟੀਚਰ ਨੇ ਮੋਟੀਵੇਟ ਕਰਨੇ, ਅਰੇਂਜ ਵੀ ਟੀਚਰ ਨੇ ਹੀ ਕਰਨੀਆਂ ਹੁੰਦੀਆਂ ਨੇ ਐਕਟੀਵਿਟੀਜ਼, ਸਕੂਲ ਨੇ ਕਰਨੀਆਂ ਹੁੰਦੀਆਂ ਨੇ। ਹੁਣ ਅਸੀਂ ਕੋ ਕਰਿਕੁਲਰ ਐਕਟੀਵਿਟੀਜ਼ ਦੇ ਨਾਲ ਰਿਲੇਟਡ ਕੁਛ ਜਿਹੜੀਆਂ ਡੈਫੀਨੇਸ਼ਨਸ ਨੇ ਉਹ ਕਰਾਂਗੇ। ਸਭ ਤੋਂ ਪਹਿਲਾਂ ਅਕੋਰਡਿੰਗ ਟੂ ਅਗਰਵਾਲ, ਕੋ ਕਰਿਕੁਲਰ ਐਕਟੀਵਿਟੀਜ਼ ਵਰ ਮੇਨਲੀ ਔਰਗਨਾਈਜ਼ਡ ਆਫਟਰ ਸਕੂਲ ਆਰਸ ਐਂਡ ਸੋ ਵਰ ਦ ਐਕਸਟਰਾ ਕਰਿਕੁਲਰ, but they are not an integral part of the activities of the school as its curricular work. ਪਾਠ ਸਹਾਇਕ ਕਿਰਿਆਵਾਂ ਮੁੱਖ ਰੂਪ ਵਿੱਚ ਸਕੂਲ ਸਮੇਂ ਤੋਂ ਬਾਅਦ ਸੰਗਠਿਤ ਕੀਤੀਆਂ ਜਾਂਦੀਆਂ ਸਨ ਅਤੇ ਇਸੇ ਲਈ ਪਾਠਕ੍ਰਮ ਤੋਂ ਵਾਧੂ ਮੰਨੀਆਂ ਜਾਂਦੀਆਂ ਸਨ, ਪਰੰਤੂ ਇਹ ਸਕੂਲ ਦੇ ਪਾਠਕ੍ਰਮ ਕੰਮ ਦੀ ਤਰ੍ਹਾਂ ਹੀ ਸਕੂਲ ਦੀਆਂ ਗਤੀਵਿਧੀਆਂ ਦਾ ਏਕੀਕ੍ਰਿਤ ਹਿੱਸਾ ਨਹੀਂ ਸਨ। ਨੈਕਸਟ ਜਿਹੜੀ ਡੈਫੀਨੇਸ਼ਨ ਹੈ ਉਹ ਅਕੋਰਡਿੰਗ ਟੂ ਭਾਟੀਆ, ਕੋ ਕਰਿਕੁਲਰ ਐਕਟੀਵਿਟੀਜ਼ ਮੇ ਬੀ ਡਿਫਾਈਨਡ ਐਜ਼ ਦ ਐਕਟੀਵਿਟੀਜ਼ ਅੰਡਰਟੇਕਨ ਟੂ ਸਟਰੈਂਥ ਦ ਕਲਾਸਰੂਮ ਲਰਨਿੰਗ ਐਜ਼ ਵੈਲ ਐਜ਼ ਦ ਅਦਰ ਐਕਟੀਵਿਟੀਜ਼ ਬੋਥ ਇਨਸਾਈਡ ਐਂਡ ਆਊਟਸਾਈਡ ਦ ਕਲਾਸਰੂਮ ਟੂ ਡਿਵੈਲਪ ਅ ਪਰਸਨੈਲਿਟੀ ਆਫ ਚਾਈਲਡ। ਪਾਠ ਸਹਾਇਕ ਕਿਰਿਆਵਾਂ ਅਜਿਹੀਆਂ ਗਤੀਵਿਧੀਆਂ ਹੁੰਦੀਆਂ ਹਨ ਜੋ ਜਮਾਤ ਦੀ ਸਿੱਖਣ ਪ੍ਰਕਿਰਿਆ ਅਤੇ ਬੱਚੇ ਦੀ ਸ਼ਖਸੀਅਤ ਦਾ ਵਿਕਾਸ ਕਰਨ ਵਾਲੀਆਂ ਜਮਾਤ ਤੋਂ ਅੰਦਰ ਅਤੇ ਬਾਹਰ ਦੀਆਂ ਹੋਰ ਪ੍ਰਕਿਰਿਆਵਾਂ ਨੂੰ ਮਜ਼ਬੂਤ ਕਰਨ ਲਈ ਕਰਵਾਈਆਂ ਜਾਂਦੀਆਂ ਹਨ। ਨੈਕਸਟ ਜਿਹੜੀ ਡੈਫੀਨੇਸ਼ਨ ਹੈ ਉਹ ਅਕੋਰਡਿੰਗ ਟੂ ਮਿੱਤਲ, ਵੇਰੀਅਸ ਸੋਸ਼ਲ ਐਂਡ ਅਦਰ ਟਾਈਪਸ ਆਫ ਐਕਟੀਵਿਟੀਜ਼ ਲਾਈਕ ਲਿਟਰੇਰੀ, ਡਰਾਮੈਟਿਕ, ਸੋਸ਼ਲ ਸਰਵਿਸਿਜ਼ ਐਕਸੈਕਟਰਾ ਵਿੱਚ ਅਟਰੈਕਟਡ ਦ ਅਟੈਨਸ਼ਨ ਆਫ ਦ ਚਾਈਲਡ ਵਰ ਕੰਸੀਡਰਡ ਐਜ ਐਕਸਟਰਾ ਕਰੀਕੁਲਰ ਐਕਟੀਵਿਟੀਜ਼। ਐਕਸਟਰਾ ਕਰੀਕੁਲਰ ਐਕਟੀਵਿਟੀਜ਼ ਹੈਵ ਰੀਨੇਮਡ ਬਾਏ ਐਜੂਕੇਸ਼ਨਿਸਟਸ ਐਜ਼ ਕੋ ਕਰੀਕੁਲਰ ਵਿੱਚ implies that all these activities are a part of school curriculum. ਕਈ ਸਮਾਜਿਕ ਅਤੇ ਹੋਰ ਕਿਸਮ ਦੀਆਂ ਗਤੀਵਿਧੀਆਂ ਜਿਵੇਂ ਸਾਹਿਤਕ, ਨਾਟਕੀ, ਸਮਾਜਿਕ ਸੇਵਾਵਾਂ ਆਦਿ ਜੋ ਬੱਚੇ ਦੇ ਧਿਆਨ ਨੂੰ ਆਕਰਸ਼ਿਤ ਕਰਦੀਆਂ ਹੋਣ ਉਹ ਵਾਧੂ ਪਾਠਕ੍ਰਮ ਗਤੀਵਿਧੀਆਂ ਮੰਨੀਆਂ ਜਾਂਦੀਆਂ ਹਨ। ਸਿੱਖਿਆ ਸ਼ਾਸਤਰੀਆਂ ਦੁਆਰਾ ਵਾਧੂ ਪਾਠਕ੍ਰਮ ਗਤੀਵਿਧੀਆਂ ਦਾ ਨਵਾਂ ਨਾਮ ਪਾਠ ਸਹਾਇਕ ਕਿਰਿਆਵਾਂ ਰੱਖਿਆ ਹੈ, ਜਿਸ ਦਾ ਅਰਥ ਹੈ ਇਹ ਗਤੀਵਿਧੀਆਂ ਸਕੂਲ ਪਾਠਕ੍ਰਮ ਦਾ ਹਿੱਸਾ ਹਨ। ਹੁਣ ਅਸੀਂ ਦੱਸਾਂਗੇ ਵੀ ਜਿਹੜੀਆਂ ਪਾਠ ਸਹਾਇਕ ਕਿਰਿਆਵਾਂ ਨੇ ਉਹ ਕਿਸ ਕਿਸ ਤਰ੍ਹਾਂ ਦੀਆਂ ਹੋ ਸਕਦੀਆਂ ਨੇ। ਸਭ ਤੋਂ ਪਹਿਲਾਂ ਹੈ ਟੋਏ ਮੇਕਿੰਗ, ਖਿਡੌਣੇ ਬਣਾਉਣਾ, ਫੈਸਟੀਵਲ ਸੈਲੀਬ੍ਰੇਸ਼ਨ, ਕਿਸੇ ਵੀ ਤਰ੍ਹਾਂ ਜਿਹੜੇ ਫੈਸਟੀਵਲ ਨੇ, ਕੋਈ ਦੀਵਾਲੀ, ਲੋਹੜੀ, ਹੋਲੀ, ਉਹਨਾਂ ਨੂੰ ਸੈਲੀਬ੍ਰੇਟ ਕਰਨਾ, ਆਰਟ ਐਂਡ ਕਰਾਫਟ, ਫੋਕ ਡਾਂਸ, ਫੋਕ ਸੌਂਗਸ, ਸਪੋਰਟਸ ਹੈਗਾ, ਡਿਬੇਟਸ, ਮਿਊਜ਼ਿਕ, ਡਰਾਮਾ, ਮਾਡਲ ਮੇਕਿੰਗ, ਸਟੋਰੀ ਰਾਈਟਿੰਗ ਕੰਪੀਟੀਸ਼ਨ, ਐਸੇ ਰਾਈਟਿੰਗ ਕੰਪੀਟੀਸ਼ਨ, ਟੂਰ ਐਂਡ ਟ੍ਰਿਪ, ਡਿਸਕਸ਼ਨ, ਫੈਂਸੀ ਡਰੈਸ ਕੰਪੀਟੀਸ਼ਨ, ਐਗਜੀਬਿਸ਼ਨ ਔਰਗਨਾਈਜੇਸ਼ਨ ਐਕਸੈਕਟਰਾ।
इस तरह की जिहड़ी एक्टिविटीज़ ने जो कोई भी स्कूल दे विच ऑर्गेनाइज़ कीतियां जांदियां ने इहने को करिकुलर एक्टिविटीज़ जिहड़े कि सिलेबस के नाल नाल बहुत ही ज़्यादा जरूरी ने। जिहड़ियां असीं को करिकुलर एक्टिविटीज़ की गल कर रही हैं, जिहड़ा सैकेंडरी एजुकेशन कमीशन है 1952-53 दे विच बणिया सी, उन्होंने भी इंपोर्टेंस दी है को करिकुलर एक्टिविटीज़ नूं। इस कमीशन के अकॉर्डिंग की ने, को करिकुलर एक्टिविटीज़ आर एज इंटैग्रल पार्ट ऑफ करिकुलर एक्टिविटीज़ ऑफ अ स्कूल एंड देयर प्रॉपर ऑर्गनाइजेशन नीड्स जस्ट एज मच केयर एंड फोर्थ आउट एज द ऑर्गनाइजेशन ऑफ को करिकुलर एक्टिविटीज़। पंजाबी दे विच दस रहे हैं, पाठ सहायक क्रियावां स्कूल दीआं पाठक्रम गतिविधियां दा एकीकृत हिस्सा हन अते इन्हां दे उचित संगठन लई ज़्यादा ध्यान अते सावधानी दी जरूरत हुंदी है। नैक्सट जिहड़ी डेफिनेशन है, अकॉर्डिंग टू महात्मा गांधी, बाय एजुकेशन आई मीन एन ऑल अराउंड ड्राइंग आउट ऑफ द बेस्ट इन चाइल्ड एंड मैन बॉडी माइंड एंड स्पिरिट। सिक्ख्या तों मेरा भाव बच्चे अते मनुख दे शरीर दिमाग अते आत्मा विचों हर पक्ष तो सब तो वधिया गुणा नूं बाहर कढ़ना है। स्टूडेंट्स, अज दी वीडियो दे विच सिर्फ इन्ना ही, नैक्सट वीडियो दे विच तुहाडे लई नवां टॉपिक फिर लेके आवांगी। थैंक्स फॉर वॉचिंग।